ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉਦਨ ਹੀ ਕਹੋ ਕਭੀ ਨਹੀਂ ਬਾਹੂ ਬਾਹੂ ਕਭੀ ਨਹੀਂ ਬਾਹੂ ਪਿੰਟਰੇਂ ਪਾਉਣੇ ਪਿੰਟਰੇਂ ਪਾਉਣੇ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਤੇ ਬਾਹੂ ਤੇਰਾ ਉੱਡੇ ਡੋਰੀ ਯਾਨੀ ਮਹਿਲਾ ਵਾਲੇ ਘਰ ਨਹੀਂ ਤੇਰਾ ਉੱਡੇ ਡੋਰੀ ਆ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਆਪਣੇ ਪੰਜਾਬੀ ਵੀਰਾਂ ਨੂੰ ਸਾਰਿਆਂ ਨੂੰ ਤੇ ਉਹਨਾਂ ਲੋਕਾਂ ਨੂੰ ਪੱਗਾ ਬੰਦਣੀਆਂ ਚਾਹੀਦੀਆਂ ਸਾਰੀਆਂ ਪੱਗ ਬਨ ਕੇ ਪੱਗਾਂ ਬਹੁਤ ਸੋਹਣੇ ਲੱਗਦੇ ਆ ਬਹੁਤ ਪਿਆਰੇ ਲੱਗਦੇ ਆ ਪੱਗਾਂ ਦੀ ਬੇਨਤੀ ਕਰਾਂਗਾ ਪੱਗਾਂ ਜ਼ਰੂਰ ਬੰਨਿਆ ਕਰੋ ਤੋ ਪੱਗ ਰਾਲ ਦੀ ਰੀਸ ਨਹੀਂ ਹੁੰਦੀ ਪੱਗ ਬੰਨੀ ਹੋਵੇ ਨਾ ਪੱਗ ਨਾਲ ਰੂਪ ਵੱਖਰੇ ਹੁੰਦਾ ਕਿਦਨ ਕਹੋ ਕਿਦਨ ਕਹੋ ਜਦ ਦੀ ਪੱਗ ਲੱਗਦੀ ਫਿਲਮਾਂ ਮੈਨੂੰ ਬਹੁਤ ਬੜੇ ਮੈਨੂੰ ਸੱਦੇ ਆਏ ਫਿਲਮਾਂ ਕਰਨ ਦੇ ਮੈਂ ਕੋਈ ਸਰੇ ਨਹੀਂ ਕੀਤੀ ਉਹਨਾਂ ਨਾਲ ਕੁਛ ਤੁਰੀ ਬੇਟੇ ਕਰਕੇ ਲਾ ਲਓ ਕਿ ਤਰ੍ਹਾਂ ਮਰਜ਼ੀ ਲਾ ਲਓ ਕਿ ਤਰ੍ਹਾਂ ਮਨ ਖੁਸ਼ ਹੋਵੇ ਤੇ ਫੇਰ ਫਿਲਮ ਕਰਨ ਦਾ ਮਜ਼ਾ ਆਉਂਦਾ ਠੀਕ ਹੈ ਨਾ ਫਲੇਮਾਂ ਤੇ ਮੈਨੂੰ ਬੜੇ ਸੱਦੇ ਆਉਂਦੇ ਆ ਕੋਈ ਵੱਡੀਆਂ ਫਲੇਮਾਂ ਦੇ ਸੱਦੇ ਆਉਂਦੇ ਕੋਈ ਛੋਟੀਆਂ ਦੇ ਆਉਂਦੇ ਬੜੇ ਸੱਦੇ ਆਏ ਬਾਹੂ ਪੈਂਟਰ ਨੀ ਪਾਉਣੇ ਪੈਂਟਰ ਨੀ ਪਾਉਣੇ ਪੈਂਟਰ ਨੀ ਪਾਉਣੇ ਪੈਂਟਰ ਨੀ ਪਾਉਣੇ ਬਾਹੂ ਕبھی ਨਹੀਂ ਕبھی ਨਹੀਂ ਬਾਹੂ ਕبھی ਨਹੀਂ ਪੈਂਟਰ ਦਾ ਕਾਰਨ ਵਧਾ ਕੀ ਬਾਹੂ ਪੈਂਟਰ ਨੀ ਪਾਉਣੇ ਪੈਂਟਰ ਨੀ ਪਾਉਣੇ ਪੈਂਟਰ ਨੀ ਪਾਉਣੇ ਕੁਛ ਨਹੀਂ ਲਾਉਣਾ ਬਾਹੂ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਬਾਹੂ ਕبھی ਨਹੀਂ ਕبھی ਨਹੀਂ ਬਾਹੂ ਕبھی ਨਹੀਂ ਤੇਰਾ ਉੱਡੇ ਡੋਰੀਆ ਨਹੀਂ ਮਾਈ ਲਾਰੇ ਕਰਦੀ ਤੇਰਾ ਉੱਡੇ ਡੋਰੀਆ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉੱਤ ਨਹੀਂ ਕਹੋ ਖਬਰ ਦੀ ਮ ਜਦ ਅਸੀਂ ਪਹੁੰਚੇ ਹਾਂ ਤਰਨਤਾਰ ਦੇ ਪਿੰਡ ਸੰਗੇ ਵਿੱਚ ਅਤੇ ਤੁਹਾਨੂੰ ਉਸ ਸ਼ਖਸ ਨਾਲ ਮਲਾਉਨੇ ਆ ਜਿਹੜਾ ਕਿ ਸੋਸ਼ਲ ਮੀਡੀਆ ਤੇ ਬੜਾ ਹਾਈਲਾਈਟ ਆ ਬੜੇ ਲੋਕ ਪਸੰਦ ਵੀ ਕਰਦੇ ਨੇ ਅਤੇ ਉਹ ਆਪਣੀ ਪੱਗ ਕਰਕੇ ਜਿਹੜਾ ਪਛਾਨੇ ਜਾਂਦੇ ਨੇ ਜੀ ਹਾਂ ਮੈਂ ਗੱਲ ਕਰ ਰਿਹਾ ਕਸ਼ਮੀਰ ਸਿੰਘ ਸੰਘਾ ਜੀ ਉਹ ਸਾਡਾ ਨਾਲ ਗੱਲਬਾਤ ਕਰਾਂਗੇ ਕਸ਼ਮੀਰ ਸਿੰਘਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦੇ ਸੰਘਾ ਜੀ ਬੜਾ ਨਾਮ ਆ ਪੂਰੇ ਵਰਲਡ ਜਨਾ ਕਮਾਇਆ ਵਾ ਤੇ ਤੁਹਾਡੀ ਪੱਗ ਦੇ ਬਹੁਤ ਚਰਚੇ ਨੇ ਕਿਸ ਤਰ੍ਹਾਂ ਦੇ ਹੋ ਤੁਹਾਡੇ ਵੰਗਲ ਲੋਕਾਂ ਨੇ ਬੜੀਆਂ ਨਿਕਲਾਂ ਕੀਤੀਆਂ ਪਰ ਤੁਹਾਡੇ ਕਾ کشمیر ਸਿੰਘ ਸੰਘਾ ਨਹੀਂ ਬਣ ਸਕਿਆ ਕਿੰਨੇ ਦੇ ਦੇਵਾਂ ਮੈਂ ਮੱਥਾ ਟੇਕ ਆਇਆ ਗੁਰਦੁਆਰਾ ਸਾਹਿਬ ਮੈਂ ਡੇਲੀ ਮੱਥਾ ਟੇਕਣ ਜਾਂਦਾ ਆ ਤੇ ਤਰ ਮੈਂ ਮੱਥਾ ਟੇਕਣ ਜਾਂਦਾ ਆ ਬਾਜ਼ਾਰ ਚ ਜਾਂਦਾ ਲੋਕ ਬਹੁਤ ਫੋਟੋ ਕਰਾਉਂਦੇ ਆ ਬੜਾ ਪਿਆਰ ਦਿੰਦੇ ਆ ਬਹੁਤ ਕੋਈ ਯੂਕੇ ਤੋਂ ਆਇਆ ਕੋਈ ਅਮਰੀਕਾ ਤੋਂ ਆਇਆ ਕੋਈ ਉੱਤਰਾਖੰਡ ਚੋਂ ਬੜੇ ਲੋਕ ਫੋਟੋ ਕਰਾਉਂਦੇ ਆ ਹੁਣ ਮੇਰੇ ਨਾਲ ਮੈਨੂੰ ਲੱਗਦਾ ਆ ਲੱਖਾਂ ਨਾ ਫੋਟੋ ਹੋ ਗਈਆਂ ਕੋਈ ਗਿਣਤੀ ਨਹੀਂ ਰਹੇਗੀ ਕੋਈ ਫੋਟੋ ਕਰਾਉਣ ਦੀ ਤੇ ਕਿਸ ਤਰ੍ਹਾਂ ਦੇ ਦੋ ਕਸ਼ਮੀਰ ਸੰਘਾ ਦੀ ਅਸੀਂ ਦੇਖਿਆ ਵੀ ਤੁਹਾਡੀ ਇੱਕ ਆਡੀਓ ਜੋ ਵਾਇਰਲ ਹੋਈ ਸੀ ਕਿ ਲੱਗਦਾ ਸੀ ਵੀ ਤੁਹਾਨੂੰ ਕਿਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਸੰਗਤ ਨੂੰ ਬਦਨਾਮ ਕੀ ਕਰਨ ਦੀ بجائے ਸੰਗਤ ਤੇ ਮਸ਼ਹੂਰ ਹੋ ਗਿਆ ਕਿਸ ਤਾਂ ਦੇ ਦਿਓ ਜੋ ਰੱਬ ਕਰਦਾ ਜੀ ਉਹਦੇ ਪਾਣੀ ਅੰਦਰ ਹੀ ਹੁੰਦਾ ਸਭ ਕੁਝ ਠੀਕ ਆ ਬੰਦੇ ਨੂੰ ਬੰਦਾ ਕੋਈ ਦੇਖੋ ਬੰਦੇ ਨੂੰ ਬੰਦਾ ਮਾਰਦਾ ਜ਼ਰੂਰ ਆ ਮੈਨੂੰ ਡੇਗਣਾ ਇਹਨੂੰ ਠੱਬੀ ਲਾਉਣੀ ਇਹਨੂੰ ਕਿਹ ਤਰ੍ਹਾਂ ਖਤਮ ਕਰਨਾ ਰੱਬ ਨਾ ਮਾਰੇ ਮਾਰਾ ਗੁਰੂ ਅਰਜਨ ਸਾਹਿਬ ਨਾ ਕਿਸ ਨੂੰ ਮਾਰੇ ਤੇ ਬਾਕੀ ਰੱਬ ਦੇ ਘਰੋਂ ਬੰਦਾ ਸੱਚਾ ਹੋਣਾ ਚਾਹੀਦਾ ਤੇ ਉਹਦੀ ਕਰੇ ਮੈਂ ਕਹਿੰਦਾ ਕਰੇ ਉਹਨੂੰ ਠੱਬੀ ਨਹੀਂ ਲੱਗਦੀ ਹਾਂ ਤੇ ਗੱਲ ਕਰੀਏ ਸੰਗਾਜੀ ਤੁਹਾਡਾ ਇੱਕ ਡਾਇਲੌਗ ਬੜਾ ਮਸ਼ਹੂਰ ਆ ਉਹ ਸਾਡੇ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਜਿਹੜਾ ਤੁਸੀਂ ਤਕੀਆ ਕਲਾਮ ਬੋਲਦੇ ਹੋ ਉਹ ਦੋਲਾਂ ਜੂਨ ਸਾਂਝੀ ਕਰਦੇ ਹੋ ਦੀ ਹਾਂ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉਹਦ ਨਹੀਂ ਕਹੋ ਕਭੀ ਨਹੀਂ ਬਾਹੂ ਬਾਹੂ ਕਭੀ ਨਹੀਂ ਬਾਹੂ ਪੈਂਟਰ ਨੇ ਪਾਉਣੇ ਪੈਂਟਰ ਨੇ ਪਾਉਣੇ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਤੇ ਬਾਹੂ ਤੇਰਾ ਉੱਡੇ ਡੋਰੀਆ ਨਹੀਂ ਮਹਿਲਾ ਵਾਲ ਤੇ ਹੁਣ ਸੋ ਵੀ ਹੁਣ ਤੱਕ ਇਹ ਸੰਗਾ ਕਿੱਥੇ ਕਿਤੇ ਹੋ ਗਿਆ ਆ ਵਾ ਕਿੰਨੀ ਪਛਾਣ ਸੰਗਦੇ ਬਣਾਈਆਂ ਜਿੱਥੇ ਜਾਂਦੇ ਹੋ ਇੱਕ ਵੱਖਰੀ ਪਛਾਣ ਬਣੀ ਆ ਦੇਖੋ ਜੀ ਮੈਂ ਕਿੱਥੇ ਜਾਂਦਾ ਨਾ ਪੰਜਾਬ ਅੰਦਰ ਮੈਨੂੰ ਸਾਰੇ ਲੋਕਾਂ ਨੇ ਬੁਲਾਇਆ ਕਿੱਥੇ ਕੋਈ ਮੇਲੇ ਹੁੰਦੇ ਆ ਕਿਹੇ ਤਰ੍ਹਾਂ ਕੋਈ ਕੱਪ ਕਰਾਏ ਜਾਂਦੇ ਆ ਉੱਥੇ ਮੈਂ ਸਾਰੇ ਗਿਆ ਸਾਰੇ ਜ਼ਿਲ੍ਹਿਆਂ 'ਚ ਲੋਕ ਮੈਨੂੰ ਬਹੁਤ ਪਿਆਰ ਦਿੰਦੇ ਆ ਤੇਰਾ ਮੈਂ ਅੰਟਰੀ ਗੱਡੀ 'ਚੋਂ ਉਤਰ ਜਾਂਦਾ ਹੈ ਨਾ ਉਦੋਂ ਲੋਕ ਕਹਿੰਦੇ ਕਿਦ ਦਿਨ ਕਹੋ ਆ ਗਏ ਕਿਦ ਦਿਨ ਕਹੋ ਕਿਦ ਦਿਨ ਕਹੋ ਕਿਦ ਦਿਨ ਕਹੋ ਮੈਂ ਕਹਿੰਦਾ ਇਹਨਾ ਨਾ ਕਰੇ ਜ਼ਿੰਦਗੀ 'ਚ ਨਹੀਂ ਬੰਨਣਾ ਜੋ ਰੱਬ ਕਰਦਾ ਗੁਰੂ ਸਾਹਿਬ ਦੇ ਉਹਦੇ ਭ ਗੁਰੂ ਸਾਹਿਬ ਦਾ ਹੱਥ ਹੋਵੇ ਤੇ ਫੇਰੀ ਸਭ ਕੁਝ ਹੁੰਦਾ ਨਹੀਂ ਤੇ ਉਤਰਾਨੇ ਕੁਝ ਨਹੀਂ ਹੁੰਦਾ ਹੁਣੇ ਮੈਂ ਕਿੱਥੇ ਮਰਜੀ ਜਾਵਾ ਕਹਰੇ ਮਰਜੀ ਦੇਖ ਤੇ ਕੋਨੇ ਚ ਖਰੋਜਾ ਜਾ ਕੇ ਪਿੱਛੇ ਮੈਂ ਯੂਪੀ ਗਿਆ ਯੂਪੀ ਚ ਮੈਂ ਪੂਰਨਪੁਰ ਜ਼ਿਲ੍ਹੇ ਚ ਗਿਆ ਉੱਤਰਾਖੰਡ ਗਿਆ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਸੰਗਾ ਸਭ ਆ ਗਏ ਗੱਡੀਆਂ ਪਿੱਛੇ ਲੱਗ ਗਈਆਂ ਲੋਕਾਂ ਨੇ ਮੈਨੂੰ ਫੋਟੋ ਕਰਾਉਣਾ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਯੂਪੀ ਚ ਮੈਨੂੰ ਮੈਂ ਯੂਪੀ ਚ 4 ਦਿਨ ਰਹਿ ਕੇ ਆਇਆ ਬਹੁਤ ਪਿਆਰ ਦਿੱਤਾ ਬਿਲਕੁਲ ਜੀ ਸੰਗਾਇਬ ਨੇ ਵੀ ਪਲਗਾ ਤੁਸੀਂ ਅਨੰਦਪੁਰ ਸਾਹਿਬ ਗਏ ਸੀ ਉੱਥੇ ਦੇ ਕੀ ਹਾਲ ਸੀ ਦਰਸ਼ਕਣਾ ਉਹ ਵੀ ਜਿਆਦਾ ਸਾਂਝੀ ਕਰਦੇ ਹੋ ਉੱਥੇ ਇੱਕ ਤੁਹਾਨੂੰ ਕਿਸ ਤਰ੍ਹਾਂ ਵੀ ਲੋਕੇ ਜਾ ਕੇ ਆਪਣੀ ਜਾਨ ਪਚਾਉਣੀ ਵੀ ਕਿਸ ਤਰ੍ਹਾਂ ਲੋਕਾਂ ਨੇ ਤੁਹਾਨੂੰ ਹੁਣ ਬਣ ਗਿਆ ਅਨੰਦਪੁਰ ਸਾਹਿਬ ਮੈਂ 3 ਦਿਨ ਅਨੰਦਪੁਰ ਸਾਹਿਬ ਰਿਹਾ ਅਨੰਦਪੁਰ ਸਾਹਿਬ ਲੋਕਾਂ ਦੀ ਫੋਟੋਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਕਿੱਥੇ ਮੈਂ ਕਿੱਥੇ ਮੈਂ ਰੁਕਿਆ ਸੀ ਨਾ ਕਿਹਦੀ ਕੋਠੀ 'ਚ ਉੱਥੇ ਲੋਕ ਆ ਕੇ ਬਾਹਰ ਖੜ ਜਾਂਦਾ ਸੀ 100 200 ਬੰਦਾ ਬਾਹਰ ਖੜਾ ਹੁੰਦਾ ਸੀ ਸੰਗਾ ਸਾਹਿਬ ਅੰਦਰੋਂ ਬਾਹਰ ਨਿਕਲੇ ਤੇ ਆਣੀ ਫੋਟੋ ਕਰਾਈਏ ਲੋਕ ਫੋਟੋਆਂ ਕਰੋਣ ਆਤੇ ਲੋਕਾਂ ਨੇ ਬਹੁਤ ਵੱਡੇ ਕਿ ਤਰ੍ਹਾਂ ਟਰਾਲਿਆਂ ਵਾਲੇ ਟਰੈਕਟਰਾਂ ਵਾਲੇ ਮੈਡਨਾ ਫੋਟੋਆਂ ਬਹੁਤ ਕਰਾਉਂਦੇ ਮੈਨੂੰ ਮੱਥਾ ਨਹੀਂ ਟੇਕਣ ਦਿੰਦੇ ਪਿਆਰ ਕਰਦੇ ਸੀ ਤਰੋਂ ਮੈਂ ਜਾਂਦਾ ਹਾਂ ਮੱਥਾ ਟੇਕਣ ਕਹਿੰਦੇ ਸੰਗਾ ਸਾਹਿਬ ਪਹਿਲੂ ਫੋਟੋ ਕਰਾ ਲਓ ਯਾਰ ਬਾਅਦ ਵਿੱਚ ਮੱਥਾ ਟੇਕ ਲਿਓ ਉਹ ਪਿਆਰ ਕਰਦੇ ਸੀ ਲੋਕ ਬਿੱਤਰੋਂ ਮੈਂ ਆਨੰਦਪੁਰ ਸਾਹਿਬ ਰਿਹਾ ਆਨੰਦਪੁਰ ਸਾਹਿਬ ਇੰਨੀ ਫੋਟੋ ਹੋਈ ਆ 50000 ਤੋਂ ਵੱਧ ਫੋਟੋ ਲੋਕਾਂ ਨੇ ਕਰਾਈ ਆ ਬਹੁਤ ਪਿਆਰ ਕਰਦੇ ਲੋਕ ਕੱਲ ਕਈ ਸੰਗਾ ਜੀ ਤੁਹਾਡੀ ਪੱਗ ਦੀ ਬੜੀ ਲੋਕਾਂ ਦੀ ਇਸਤਾਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਜਿਆ ਸੰਗਾ ਬਣ ਨਹੀਂ ਸਕਿਆ ਮੈਨੂੰ ਇਹ ਦੱਸੋ ਦਸਕਾ ਨੂੰ ਕਿ ਕਿੰਨੇ ਮੀਟਰ ਪੱਗ ਬੰਦੇ ਹੋ ਕਿਸ ਤਰ੍ਹਾਂ ਜਿਹੜਾ ਸਟਾਈਲ ਦਾ ਟਾੜੇ ਪੱਗ ਦਾ ਤੇ ਸ਼ੁਰੂ ਤੋਂ ਇਸ ਤਰ੍ਹਾਂ ਸਟਾਈਲ ਬੰਦੇ ਕੋ ਜਾਂ ਹੁਣ ਹੀ ਬਣਿਆ ਇਹ ਨਹੀਂ ਦੇਖੋ ਜੀ ਪੱਗ ਮੇਰੀ ਸ਼ੁਰੂ ਤੋਂ 7 ਮੀਟਰ ਪੱਗਿਆ ਜੀ 7 ਮੀਟਰ ਪੱਗਿਆ ਤੇ ਇੱਥੇ ਨਾ ਮੈਂ 5 ਮਿੰਟਾਂ ਚ ਤਿਆਰ ਕਰ ਜਾਂਦਾ ਇੱਕ ਕਹਿੰਦਾ ਜੋਗਾ ਸਿੰਘ ਜੋਗੀ ਸੁਣਿਆ ਨਾ ਬਹੁਤ ਮਸ਼ਹੂਰ ਹੈ ਜੀ ਸਾਡੀ ਸਿੱਖ ਓਮ ਦਾ ਬਹੁਤ ਵੱਡਾ ਇਤਿਹਾਸ ਲਿਣਾਉਂਦਾ ਰਿਹਾ ਜੋਗਾ ਸਿੰਘ ਜੋਗੀ ਮੈਨੂੰ ਜੋਗਾ ਸਿੰਘ ਜੋਗੀ ਕਹਿੰਦੇ ਸੰਗਾ ਸਾਹਿਬ ਤੂੰ ਕਿੰਨਾ ਚਲਾਉਂਦਾ ਪੱਗ ਬੰਨਣਾ ਤੇ ਮੈਂ 5 ਮਿੰਟ ਕਹਿੰਦਾ ਸੰਗਾ ਸਾਹਿਬ ਕਿੱਡੀ ਤੇਰੀ ਪੱਗ ਤੇਖੀ ਆ ਨਾ ਪੂਰੀ ਨੀਤ ਨਾ ਕਰੇ ਤੂੰ ਜਹਾਜ਼ ਨੂੰ ਪਲਟੀ ਮਾਰ ਦੇ ਜਹਾਜ਼ ਪਲਟੇ ਜਾਣਾ ਕਿੱਡੀ ਪੱਗ ਤੇਖੀ ਆ ਮੇਰੀ ਪੱਗ ਬਹੁਤ ਮਸ਼ਹੂਰ ਹੈ ਬਲਡ ਵਿੱਚ ਦੇਖੋ ਪੱਗ ਕਰਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਸੰਗਾ ਆ ਗਿਆ ਪੱਗ ਕੋਈ ਬੜੀ ਨਗਲਾ ਕੀਤੀਆਂ ਲੋਕਾਂ ਨੇ ਪੱਗਾਂ ਦੀਆਂ ਬੰਨ ਬੰਨ ਕੇ ਨਹੀਂ ਨਕਲ ਨਹੀਂ ਹੋਈ ਲੋਕਾਂ ਕੋ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਚਲੋ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮਿਹਰ ਕਰੇ ਉਹਨਾਂ ਲੋਕਾਂ ਤੇ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਆਪਣੇ ਪੰਜਾਬੀ ਵੀਰਾਂ ਨੂੰ ਸਾਰਿਆਂ ਨੂੰ ਤੇ ਉਹਨਾਂ ਲੋਕਾਂ ਨੂੰ ਪੱਗਾ ਬੰਦਣੀਆਂ ਚਾਹੀਦੀਆਂ ਸਾਰੀਆਂ ਪੱਗ ਬਨ ਕੇ ਪੱਗਾਂ ਨਾਲ ਬਹੁਤ ਸੋਹਣੇ ਲੱਗਦੇ ਆ ਬਹੁਤ ਪਿਆਰੇ ਲੱਗਦੇ ਆ ਪੱਗਾਂ ਦੀ ਬੇਨਤੀ ਕਰਾਂਗਾ ਪੱਗਾਂ ਜਰੂਰ ਬਨਿਆ ਕਰੋ ਤੋ ਪੱਗਰ ਆਲ ਦੀ ਰੀਸ ਨਹੀਂ ਹੁੰਦੀ ਪੱਗ ਬੰਨੀ ਹੋਵੇ ਨਾ ਪੱਗ ਨਾਲ ਰੋਪ ਵੱਖਰੇ ਹੁੰਦਾ ਕਿਦਾਂ ਕਹੋ ਕਿਦਾਂ ਕਹੋ ਹੋ ਜਾਂਦੀ ਪੱਗ ਨਾਲ ਹਾਂ ਤੇ ਮੈਨੂੰ 100 ਸੰਗਾ ਜੀ ਜਦੋਂ ਤੁਹਾਡੀ ਆਡੀਓ ਵੈਲ ਹੁੰਦੀ ਆ ਤੇ ਜੋ ਤੁਹਾਨੂੰ ਪਤਾ ਲੱਗਦਾ ਤੁਹਾਡੀ ਆਡੀਓ ਫੋਨ 'ਚ ਵੈਲ ਹੋ ਗਈ ਆ ਤੇ ਫਿਰ ਘਰ ਵਿੱਚ ਕੀ ਮਾਹੌਲ ਸੀ ਕਿੰਨੀ ਕਿ ਟੈਨਸ਼ਨ ਹੋ ਗਈ ਸੀ ਵੀ ਯਾਰ ਬਦਨਾਮੀ ਹੋ ਜਾਊਗੀ ਸਾਰੇ ਪਿੰਡ 'ਚ ਤੇ ਕੀ ਮਨ ਸੋਚਿਆ ਸੀ ਤੇ ਕੀ ਕੀ ਮਨ 'ਚ ਵਿਚਾਰ ਆਉਂਦੇ ਸੀ ਜੀ ਉਦੋਂ ਤਰੋ ਇਹੋ ਜਿਹਾ ਕੰਮ ਚ ਲੱਗਦਾ ਚਲੋ ਮੈਂ ਸ਼੍ਰੋਮਣੀ ਕਾਲੀ ਦਰ ਚ ਬਹੁਤ ਲੰਮਾ ਸਮਾਂ ਰਿਹਾ ਠੀਕ ਹੈ ਮੈਂ ਬਾਅਦ ਸੋਚਿਆ ਮੈਂ ਯਾਰਾ ਕਿ ਚੱਕਰ ਬਣ ਗਿਆ ਠੀਕ ਹੈ ਨਾ ਮਨ ਨੂੰ ਬਹੁਤ 6 ਵਜੇ ਹੋਲੀ 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 ਲੋਕਾਂ ਨਾਲ ਮੇਰੇ ਲੋਕੀ ਮੈਨਾਂ ਪਿਆਰ ਕਰਨ ਦਾ ਹੈਗੇ ਕਿਤਰਾ ਬਾਹਰ ਦੇ ਦੇਸ਼ਾਂ ਯੂਕੇ ਅਮਰੀਕਾ ਵਾਲਿਆਂ ਨੇ ਮੈਨਾਂ ਬਹੁਤ ਪਿਆਰ ਕੀਤਾ ਠੀਕ ਹੈ ਕੋਈ ਗੱਲ ਐਡੀ ਚਲੋ ਮੈਂ ਗੱਲ ਕੋਈ ਨਹੀਂ ਕਿਹਾ ਮੈਂ ਹਾਂ ਚਲੋ ਸਾਡਾ ਰਾਜ ਆਇਆ ਹਰ ਕੋਈ ਬੰਦਾ ਕਹਿੰਦਾ ਹੀ ਆ ਜੇ ਸਾਡਾ ਰਾਜ ਆਇਆ ਤਾਂ ਤੁਹਾਨੂੰ ਰੇਤਾ ਦਾ ਠੇਕਾ ਲੈ ਦਾਂਗੇ ਤੇ ਮੈਂ ਕਿਹਾ ਮਹ ਰੇਤਾ ਦਾ ਠੇਕਾ ਚਲੋ ਕਾਲੀਦਾਰ ਵਾਲੇ ਭੱਜ ਗਏ ਆਪਣੇ ਚੀਜ਼ ਤੋਂ ਛੱਡ ਕੇ ਮੁੱਦੇ ਤੋਂ ਉਹ ਕਹਿੰਦੇ ਨਹੀਂ ਸੰਗੇ ਨੂੰ ਜਾਣਦੇ ਨਹੀਂ ਸੰਗਾ ਹੈ ਕੌਣ ਆ ਭੱਜ ਕੇ ਸਾਰੇ ਡਰਦੇ ਪਤਾ ਨਹੀਂ ਡਰਦੇ ਭੱਜ ਗਏ ਇੱਕ ਤਰ੍ਹਾਂ ਭੱਜ ਗਏ ਮੈਂ ਨਹੀਂ ਭਜਾ ਕਾਲੀਦਾਰ ਦੇ ਨਾਲ ਮੈਂ ਕਾਲੀਦਾਰ ਨਾਲ ਪੂਰਾ ਮੋੜਾ ਦੇ ਮੋੜਾ ਜੋੜ ਕੇ ਮੈਂ ਖੜਾ ਰਿਆ ਠੀਕ ਹੈ ਨਾ ਉਹ ਭੱਜ ਅੱਗੇ ਭੱਜ ਕੇ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਕਹਿੰਦਾ ਗੁਰੂ ਸਾਹਿਬ ਭਲਾ ਕਰੇ ਮਾਰ ਮਿਹਰ ਕਰੇ ਕੋਈ ਗੱਲ ਨਹੀਂ ਗੱਲ ਬ੍ਰਿਜੋਪੀ ਸੰਗਾ ਜੀ ਤੁਹਾਡੀ ਜਿਹੜੀ ਪਤਨੀ ਹੈ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਤੇ ਕਹਿੰਦੇ ਉਹਨਾਂ ਨੂੰ ਵੀ ਤੁਸੀਂ ਕਿਹਾ ਵੀ ਕਿਦਦੰ ਕੋ ਕਿਦਦੰ ਕੋ ਬਾਉ ਬਾਉ ਕਹ ਕੇ ਬੁਲਾਇਆ ਆਪਣੇ ਘਰ ਦੇ ਨਾਲ ਕਦੀ ਜਾਣੇ ਸਮਾਂ ਦਤਰੀ ਦੇਖੋ ਗੱਲ ਪਤਾ ਕਿ ਸਮਾਂ ਮੇਰੇ ਨੂੰ ਘੱਟੋ ਘੱਟ 15 ਸਾਲ ਹੋ ਗਏ ਆ ਜੀ ਮੇਰੀ ਸ਼ਾਦੀ ਹੋਈ ਨੂੰ ਮੇਰਾ ਇੱਕ ਬੇਟਾ ਆ ਬੇਟਾ ਤੁਹਾਨੂੰ ਪਤਾ ਠੀਕ ਨਹੀਂ ਆ ਮੰਜੇ ਤੇ ਸਾਢੇ 4 ਸਾਲ ਦਾ ਬੇਟਾ ਬੇਟਾ ਮੰਜੇ ਤੇ ਰਹਿੰਦਾ ਆ ਚਲੋ ਮੈਂ ਤਰੋ ਬੇਟੇ ਆਲੇ ਪਾਸੋਂ ਮੈਨੂੰ ਬੜਾ ਤਗੜਾ ਦੁੱਖ ਆ ਤਰੋ ਜਾ ਕੇ ਦੇਖੀਦਾ 24 ਘੰਟੇ ਬੇਟਾ ਮੰਜੇ ਤੇ ਆ ਬੜਾ ਬੋਲਦਾ ਨਹੀਂ ਉਹਦੀ ਮੰਮਾ ਨੇ ਉਹਨੂੰ ਰੋਟੀ ਦੇਣੀ ਆ ਜੋ ਉਹਨੇ ਦਲੀਆ ਇਸ ਤਰ੍ਹਾਂ ਖਾਣਾ ਆ ਉਹਨੂੰ ਦੇਣਾ ਆ ਬੜਾ ਦੁੱਖ ਬਹੁਤ ਆ ਤਗੜਾ ਮੈਨੂੰ ਤਰੋ ਮੰਜੇ ਤੇ ਦੇਖੀਦਾ ਚਲੋ ਲੋਕਾਂ ਨੂੰ ਬਾਹਰ ਖੁਸ਼ ਕਰੀਦਾ ਹਾਸਿਆਂ ਜੇ ਦੁਨੀਆ ਹੱਸਦੀ ਆ ਤਰੋ ਮੈਂ ਘਰ ਜਾਂਦਾ ਉਦੋਂ ਮੈਂ ਗਾਮਾਂ ਚ ਡੁੱਬ ਜਾਂਦਾ ਇਹੋ ਜਿਹਾ ਹਾਲ ਹੁੰਦਾ ਆ ਬੜਾ ਔਖਾ ਤੇ ਸنگਾ ਸਭ ਮਨੂਏ ਸੋ ਵੀ ਸਵਾਲ ਵਿੱਚ ਰਹਿ ਗਿਆ ਵਾ ਵੀ ਜਿਵੇਂ ਤੁਹਾਡੀ ਆਡੀਓ ਵਾਇਲ ਹੁੰਦੀ ਆ ਵੀ ਬਾਊ ਕਹਿਣਾ ਜਾਂ ਕਿਦਾਂ ਕਹੋ ਕਿਦਾਂ ਕਹਿਣਾ ਤੇ ਕਦੀ ਤੁਹਾਡੇ ਜੀਵਨ ਸਾਥੀ ਆ ਤੁਹਾਡੀ ਧਰਮ ਪਤਨੀ ਆ ਜਾਂ ਤੁਹਾਡੇ ਰਿਸ਼ਤੇਦਾਰ ਉਹਨਾਂ ਨੇ ਕਦੀ ਕਿਹਾ ਵੀ ਯਾਰ ਮੈਨੂੰ ਤਾਂ ਤੁਸੀਂ ਕਦੀ ਬਾਊ ਕਿਹਾ ਨਹੀਂ ਆ ਐ ਕਦੀ ਮੈਨੂੰ ਤੁਸੀਂ ਕਿਦਾਂ ਕਹੋ ਕਿਦੋਂ ਕਹਿੰਦੇ ਨਹੀਂ ਬਾਹਰ ਤੁਸੀਂ ਬੀਬੀਆ ਕਹਿੰਦੇ ਫਿਰਦੇ ਹੋ ਕਦੀ ਹੋਇਆ ਕਿ ਜਿਸ ਦਾ ਪਤਾ ਕੀ ਸਾਡੇ ਮਾਜੇ ਦੀ ਬੋਲੀ ਆ ਮਾਜੇ ਦੇ ਵਿੱਚ ਆ ਨਹੀਂ ਕਿ ਇਹਨੂੰ ਮਰਜ਼ੀ ਭਲਾ ਹੀ ਇਹ ਬੁਲਾ ਲਈਦਾ ਬਾਊ ਗੱਲ ਸੁਣ ਚਾਹ ਲੋ ਕੁੜੀ ਹੋਵੇ ਤੇ ਚੱਲ ਮੁੰਡਾ ਹੋਵੇ ਬਾਊ ਕਹਿ ਕੇ ਬੁਲਾ ਲਈਦਾ ਆ ਮਾਜੇ ਦਾ ਇੱਕ ਕਿਹੜਾ ਬਾਊ ਆ ਨਾ ਬਾਊ ਆ ਠੀਕ ਹੈ ਨਾ ਬੱਚੇ ਨਾਲ ਪਿਆਰ ਕਰੇ ਬਾਹੂ ਗੱਲ ਸੁਣ। ਉਹ ਗੱਲ ਕਰਕੇ ਘਰ ਦੇ ਆਣਾ ਕਦੀ ਬੋਲਿਆ ਪਿਆਰ ਨਹੀਂ ਘਰਦਿਆਂ ਨੂੰ ਬੁਲਾ ਲਾਂਗੇ ਬਾਹੂ ਕਰਕੇ ਆ ਜਾਓ। ਠੀਕ ਹੈ ਨਾ ਬਾਹੂ ਕਿਹੜਾ ਬਾਹੂ ਆ ਨਾ ਬਾਹੂ ਸਾਡੇ ਮਾਝੇ ਦੀ gekeਰੀ ਇੱਕ ਬੜੀ ਤਗੜੀ ਧਮਕਿਆ। ਤਰੁਆਣੀ ਬਾਹੂ ਕਹ ਕੇ ਬੁਲਾਉਂਦੇ ਆ ਮਨ ਨੂੰ ਖੁਸ਼ੀ ਹੁੰਦੀ ਆ ਯਾਰਾਂ ਨੇ ਬੱਚੇ ਨੂੰ ਮਾਨ ਕਰਕੇ ਬੁਲਾਇਆ ਹੈ। ਹਾਂ। ਕਿੰਨਾ ਦੇ ਦਿਓ ਉਸ ਤੋਂ ਬਾਅਦ ਇੱਕ ਗਾਣਾ ਵੀ ਰੀਲ ਹੁੰਦਾ ਵਾ ਕਿਦਨ ਕੋ ਕਿਦਨ ਕੋ ਸਾਡੇ ਦਸ਼ਕਾਂ ਨਾਲ ਦੋਣਾਂ ਨੂੰ ਸਾਂਝੀ ਕਰਦੇ ਹੋ। ਕਿੰਨੇ ਗਾਣੇ ਤਿਆਰ ਕੀਤਾ ਸੀ ਕਿੱਥੇ ਸ਼ੂਟ ਹੋਇਆ ਸੀ। ਤਿੰਨ ਗੀਤ ਆਏ ਆ ਜੀ। ਇੱਕ ਛੇਰਾ ਇੱਕ ਸਰਪਜੀਤ ਬੁੱਗੇ ਨੇ ਬੋਲਿਆ ਸੀ ਠੀਕ ਆ ਇੱਕ ਸਰੇਂਦਰ ਸਿੰਘ ਸਾਈ ਆ ਜੀ ਇੱਕ ਗੀਤ ਉਹਨੇ ਬਾਇਆ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਵਾਲਾ ਉਹਨੇ ਬੋਲਿਆ ਤੇ ਬੁੱਗੇ ਨੇ ਬੋਲਿਆ ਸੀ ਆਪਣਾ ਆਪਣਾ ਦੁਜਾ ਪਾਊਗਾ ਆਪਣਾ ਕبھی ਨਹੀਂ ਬਾਹੂ ਕبھی ਨਹੀਂ ਕبھی ਨਹੀਂ ਬਾਹੂ ਕبھی ਨਹੀਂ ਕبھی ਨਹੀਂ ਬਾਹੂ ਬਚ ਕੇ ਬਚ ਕੇ ਕبھی ਨਹੀਂ ਤੇ ਸ਼ੇਰਾ ਬੌਰ ਵਾਲੀਆ ਦਾ ਤੋਰੀ ਸੁਣਿਆ ਯਾਰਾ ਕਿਦਨ ਕਾਓ ਕਿਦਨ ਕਾਓ ਉਹਨੇ ਬਹੁਤ ਕਾਫੀ ਬੋਲਿਆ ਸ਼ੇਰਾ ਬੌਰ ਵਾਲੀਆ ਨੇ ਤਿੰਨ ਗੀਤ ਮੇਰੇ ਆਏ ਆ ਚਲੋ ਗੁਰੂ ਸਾਹਿਬ ਦੀ ਮੇਰ ਰਹੀ ਹੁਣ ਇੱਕ ਗੀਤ ਅੱਗੇ ਬਹੁਤ ਆਊ ਬੜਾ ਵਧੀਆ ਆਊਗਾ ਠੀਕ ਆ ਜੀ ਕੁਛ ਤੁਹਾਨੂੰ ਮੈਂ ਫਿਲਮਾਂ ਦੇ ਵਿੱਚ ਨਜ਼ਰ ਆਵਾਂਗਾ ਥੋੜੇ ਸਮੇਂ ਗੱਲ ਕਰੀ ਫਿਲਮਾਂ ਦੀ ਤੁਸੀਂ ਗੱਲ ਕੀਤੀ ਹੈ ਸਾਡੇ ਦਸ਼ਕਾ ਦੱਸ ਦੋ ਕਿ ਹੁਣ ਤੱਕ ਕਿਹੜੀ ਫਿਲਮ ਤੁਸੀਂ ਕੋਈ ਸ਼ੂਟ ਕੀਤੀ ਹੋਵੇ ਬੜਾ ਪਿਛੇ ਦਲਜੀਤ ਦਾ ਵੀ ਰੋਲਾ ਪਿਆ ਵੀ ਦਲਜੀਤ ਸਿੰਘ ਜੀ ਆ ਰਹੇ ਹੋ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਮੈਂ ਦੱਸਦਾ ਜੀ ਹੁਣ��ੇਰੀ ਫਿਲਮ ਆਉਣੀ ਹੈ ਨਾ ਫਿਲਮਾਂ ਮੈਨੂੰ ਬਹੁਤ ਬੜੇ ਮੈਨੂੰ ਸੱਦੇ ਆਏ ਫਿਲਮਾਂ ਕਰਨ ਤੇ ਮੈਂ ਕੋਈ ਸਾਰੇ ਨਹੀਂ ਕੀਤੀਆਂ ਉਹਨਾਂ ਨਾਲ ਕੁਝ ਤੁਰੀ ਬੇਟੇ ਕਰਕੇ ਲਾ ਲਓ ਕਿ ਤਰ੍ਹਾਂ ਮਰਜ਼ੀ ਲਾ ਲਓ ਕਿ ਤਰ੍ਹਾਂ ਮਨ ਖੋਸ਼ ਹੋਵੇ ਤੇ ਫੇਰ ਫਿਲਮ ਕਰਨ ਦਾ ਮਜ਼ਾ ਆਉਂਦਾ ਠੀਕ ਹੈ ਨਾ ਫਿਲਮਾਂ ਦੇ ਮੈਨੂੰ ਬੜੇ ਸੱਦੇ ਆਉਂਦੇ ਆ ਕੋਈ ਵੱਡੀਆਂ ਫਿਲਮਾਂ ਦੇ ਸੱਦੇ ਆਉਂਦੇ ਕੋਈ ਛੋਟੀਆਂ ਦੇ ਆਉਂਦੇ ਆ ਬੜੇ ਸੱਦੇ ਆਏ ਮੈਨੂੰ ਠੀਕ ਹੈ ਨਾ ਥੋੜੇ ਸਮੇਂ ਨੂੰ ਜਰੂਰ ਮੈਂ ਫਿਲਮਾਂ 'ਚ ਤੁਹਾਨੂੰ ਨਜ਼ਰ ਆਵਾਂਗੇ ਜਰੂਰ ਆਵਾਂਗੇ ਕਿੰਨਾ ਦੇਰ ਦੀਓ ਕਿ ਇੱਕ ਆਮ ਘਰ ਦਾ ਕਸ਼ਮੀਰ ਸਿੰਘਾ ਅੱਜ ਪੂਰੇ ਵਰਲਡ 'ਚ ਫੇਮਸ ਆ ਨਾਮ ਪਛਾਣ ਬਣ ਗਈ ਆ ਕਿ ਲੱਗਦਾ ਸੀ ਵੀ ਇਸ ਤਰ੍ਹਾਂ ਕਰੀ ਜ਼ਿੰਦਗੀ ਪਛਾਣ ਬਣੂਗੀ ਕਸ਼ਮੀਰ ਸਿੰਘ ਦੇ ਲੋਕ ਜਾਣਣਗੇ ਦੇਖੋ ਮੈਂ ਮੇਰਾ ਨਾਂ ਇੱਥੇ ਮਾਝੇ 'ਚ ਬਹੁਤ ਨਾਂ ਚੱਲਦਾ ਤੋ ਮਾਜੇ ਵਿੱਚ ਮੇਰਾ ਬਹੁਤ ਪਿਆਰ ਹੀ ਲੋਕਾਂ ਨਾਲ ਜਨਤਾ ਮੈਨਾਂ ਬਹੁਤ ਪਿਆਰ ਕਰਦੀ ਕਿਰੇ ਮੈਂ ਨਾ ਨਹੀਂ ਕੀਤੀ ਲੋਕਾਂ ਨੂੰ ਕੰਮ ਤੋਂ ਕੰਮ ਮੈਂ ਲੋਕਾਂ ਦੇ ਕਰਦਾ ਰਿਹਾ 24 ਘੰਟੇ ਤੋ ਪਿਆਰ ਮੇਰੇ ਕੰਮ ਇੰਨੇ ਹੁੰਦੇ ਮੈਂ ਅਫਸਰਾਂ ਤੋਂ ਪਿਆਰ ਦਾ ਕੰਮ ਲੈ ਲੈਂਦਾ ਸੀ ਕੰਮ ਪੂਰੇ ਹੁੰਦੇ ਮੇਰੇ ਇਥੇ ਆ ਨਹੀਂ ਕੰਮ ਨਹੀਂ ਹੁੰਦੇ ਸਾਰੇ ਜ਼ਿਲ੍ਹੇ 'ਚ ਮੇਰੇ ਕੰਮ ਹੁੰਦੇ ਠੀਕ ਹੈ ਨਾ ਚਲੋ ਜੋ ਹੁਣ ਆ ਵੱਖਰਾ ਨਾਮ ਬਣ ਗਿਆ ਕੇਰਾ ਵਰਲਡ ਚ ਇਹ ਮੈਂ ਕਹਿੰਦਾ ਲੋਕੀ ਕਿੰਨਾ ਪਾਹਾ ਲੋਂਦੇ ਆ ਪੈਸਾ ਖਰਚਦੇ ਆ ਕਿਹ ਤਰ੍ਹਾਂ ਬਹੁਤ ਤਗੜੇ ਤਗੜੇ ਮੀਰ ਲੋਕ ਬੈਠੇ ਆ ਉਹ ਚਾਰੇ ਨਾਮ ਭਰੋਣਾ ਤੇ ਵੋਟਾਂ ਖਰਦੇ ਆ ਸਾਡਾ ਨਾਮ ਬਣ ਜੇ ਤੇ ਚਾਰ ਲੋਕੀ ਸਾਨੂੰ ਜਾਣਨਗੇ ਠੀਕ ਹੈ ਨਾ ਤੇ ਮੈਂ ਰੱਬ ਮਿਹਰ ਕਰੇ ਤੇ ਸਭ ਕੁਝ ਹੁੰਦਾ ਰੱਬ ਨੇ ਮਿਹਰ ਕੀਤੀ ਆ ਤੇ ਫੇਰੀ ਸਭ ਕੁਝ ਹੋਇਆ ਵਰਲਡ 'ਚ ਨਾਮ ਆ ਮੈਂ ਕਹਿੰਦਾ ਬੱਚੇ-ਬੱਚੇ ਨੂੰ ਪਤਾ ਆ લાલા ਮੈਂ ਗੁਰਦਰਾ ਸਾਹਿਬ ਮਾਥਾ ਟੇਕਣ ਜਾਂਦਾ ਘੱਟੋ ਘੱਟ રોજ ਦੀ ਕੇਰੀ 2-300 ਫੋਟੋ ਹੋ ਜਾਂਦੀ ਹੈ ਹੁਣ ਹੁਣ ਤੀ ਤੇ ਮੈਨੂੰ ਲੱਗਦਾ ਆ ਮੇਰੀ ਕੇਰੀ ਫੋਟੋ ਹੋਈ 18 ਲੱਖ ਤੋਂ ਵੱਧ ਫੋਟੋ ਲੋਕੀ ਕਰਾ ਚੁੱਕੇ ਆ ਮੇਰੇ ਨਾਲ ਤੇ ਗੱਲ ਕਰੀ ਸੰਗਾਈ ਜਦੋਂ ਤੁਸੀਂ ਕਿਤੇ ਪਰਿਵਾਰ ਨਾਲ ਜਾਂਦੇ ਹੋ ਆਪਣੀ ਧਰਮਪੰਦੇ ਜਾਂਦੇ ਹੋ ਮਯਾਰ ਵਿੱਚ ਜਾ ਕੇ ਮਾਥਾ ਟੇਕਣ ਗੁਰਦਾ ਸਾਹਿਬ ਜੋ ਉਹਨਾਂ ਨਾਲ ਜਾਂਦੇ ਹੋ ਤੇ ਲੋਕ ਫੋਟੋ ਲਵਾਉਂਦੇ ਆ ਤੇ ਫਿਰ ਘਰ ਦੇ ਪਰੇਸ਼ਾਨ ਨਹੀਂ ਹੋ ਜਾਂਦੇ ਵੀ ਆ ਤੁਸੀਂ ਦੇ ਜਿੱਥੇ ਜਾਂਦੇ ਲੋਕੀ ਤੁਹਾਡਾ ਫੋਟੋ ਲਵਾਉਣਾ ਆਪਦੇ ਆ ਕੇ ਜਾਂਦੇ ਮੈਂ ਆਪਣੇ ਸੌਰੇ ਜਾਵਾ ਜੇ ਨਾ ਸੌਰੇ ਉੱਥੇ ਮੇਲਾ ਲੱਗ ਜਾਂਦਾ ਜੀ ਸੌਰੇ ਸੰਗਾ ਸਾਹਿਬ ਆਏ ਜੀ ਫੋਟੋ ਕਰਾਉਣ ਆਲੇ ਸਰੋ ਮੈਂ ਸੌਰਿਆਂ ਦੇ ਘਰ ਐਂਟਰੀ ਕਰਦਾ ਆ ਉਸ ਟਾਈਮ ਤੇ ਬਾਹਰ ਲੋਕ ਆ ਜਾਂਦੇ ਫੋਟੋ ਕਰਾਉਣ ਆਲੇ ਜਾਂਦੇ ਆ ਤੇ ਸੰਗਾ ਜੀ ਨਾਲ ਫੋਟੋ ਕਰਾਉਣੀਆਂ ਬਹੁਤ ਲੋਕੀ ਬੜਾ ਚਾਹ ਕਰਦੇ ਆ ਬਹੁਤ ਪਿਆਰ ਦਿੱਤਾ ਲੋਕਾਂ ਨੇ ਚਲੋ ਮੈਂ ਕਹਿੰਦਾ ਕਿੰਨਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਸਭ ਨੂੰ ਲਾਈਕ ਕੀਤਾ ਬਾਬਾ ਬੁੱਢਾ ਸਾਹਿਬ ਨਾਲ ਨੂੰ ਚੜਦੀ ਕਲਾ ਕਰੇ ਉਹਨਾਂ ਦੀ ਮਿਹਰ ਕਰੇ ਬਸੋ ਚੜਦੀ ਕਲਾ ਰਹੇ ਬਿਲਕੁਲ ਜੀ ਤੇ ਗੱਲ ਕਰੀ ਸੰਗਾ ਜੀ ਤੁਸੀਂ ਪਿੱਛੇ ਜੇਕ ਤੁਹਾਡਾ ਬੜਾ ਕਹਿੰਦੇ ਸੀ ਕਿ ਸੰਗਾ ਜੀ ਅਮਰੀਕਾ ਚਲੇ ਆ ਪਾਸਪੋਰਟ ਬਣ ਗਿਆ ਸੰਗਾ ਜੀ ਦਾ ਇਹਦੇ ਵਿੱਚ ਕਿਹੜੀ ਸੱਚਾਈ ਆ ਹੁਣ ਵਾਕਿਆ ਹੋਂ ਤੱਕ ਹੋ ਠੀਕ ਹੈ ਮੈਨੂੰ ਲੱਗਦਾ ਕਰੋ ਪਾਸਪੋਰਟ ਠੀਕ ਹੋ ਗਿਆ ਉਦੋਂ ਮੈਂ ਜਰੂਰ ਮੈਂ ਬਾਹਰ ਜਾਵਾਂਗਾ ਪਾਸਪੋਰਟ ਚ ਕੋਈ ਖਰਾਬੀ ਪੈ ਗਈ ਆ ਹਾਂ ਉਹਦਾ ਕਰਕੇ ਥੋੜਾ ਜਿਹਾ ਮੈਂ ਟੇਲਿਆ ਕਰੋ ਪਾਸਪੋਰਟ ਠੀਕ ਹੋ ਗਿਆ ਉਦੋਂ ਮੈਂ ਜਰੂਰ ਬਾਹਰ ਜਾਵਾਂ ਬਾਹਰੋਂ ਮੈਨੂੰ ਬੜੇ ਸੱਦੇ ਆਏ ਆ ਸੰਘਾ ਸਾਹਿਬ ਇੱਥੇ ਕੱਪ ਹੋਣੇ ਆ ਬਾਹਰ ਕੋ ਮੇਲੇ ਹੋਣੇ ਆ ਤੁਹਾਨੂੰ ਬੁਲਾਵਾਂਗੇ ਉਕਤ ਪਤਾ ਗੱਲ ਕੀ ਹੋਣਾ ਆ ਹੋਵੇ ਨਾ ਕਿ ਤਰ੍ਹਾਂ ਆਪਾਂ ਇੱਥੋਂ ਚੜ੍ਹ ਕੇ ਜਲੰਧਰ ਪਹੁੰਚ ਜਾਣਾ ਬਾਸਤੇ ਉਹ ਹੈ ਨਹੀਂ ਜਾਣਾ ਪਾਸਪੋਰਟ ਲਈ ਜਾਣਾ ਪੈਣਾ ਫਿਰ ਉਹ ਪਾਸਪੋਰਟ ਬਣ ਗਿਆ ਫਿਰ ਮੈਂ ਜ਼ਰੂਰ ਉਧਰ ਹੋ ਗਿਆ ਮੈਂਗਾ ਇਹ ਸੰਗਾ ਜੀ ਗੱਲ ਕਰੀਏ ਜਿਵੇਂ ਪਹਿਲਾਂ ਗੱਲ ਕੀਤੀ ਵੀ ਸਾਰੇ ਕਹਿੰਦੇ ਨੇ ਵੀ ਸੰਗਾ ਜਲਾਵਾ ਬੜਾ ਖੁਸ਼ਦਿਲ ਸੁਭਾਤਾ ਵਾ ਪਰ ਕਦੀ ਇਕੱਲੇ ਬੈ ਕੇ ਕਦੀ ਮਨ ਚ ਉਦਾਸੀਆਂ ਵੀ ਹੁੰਦੀਆਂ ਘਰ ਦੇ ਹਾਲਾਤ ਦੇ ਵੇਖ ਕੇ ਬੱਚੇ ਵਾਲੇ ਦੇ ਕੇ ਕਿੰਨਾ ਕਿ ਮਨ ਚ ਉਦਾਸੀ ਹੁੰਦੀ ਆ ਕਿਉਂਕਿ ਸਾਰੇ ਕਹਿੰਦੇ ਨੇ ਵੀ ਸੰਗਾ ਦੇ ਬੜਾ ਖੁਸ਼ਦਿਲ ਸੁਭਾਤਾ ਵਾ ਕਿਸ ਤਾਂ ਦੇਖਦੇ ਹੋ ਦੇਖੋ ਜੀ ਮੈਂ ਕਰੀ ਈਰਖਾ ਨਹੀਂ ਕੀਤੀ ਕੋਈ ਕਰਤਨ ਨਹੀਂ ਕੀਤੀ ਹੁਣ ਮੇਰੇ ਪਿੰਡ ਦੇ ਬੱਚੇ ਆ ਨਾ ਛੋਟੇ ਛੋਟੇ ਬੱਚੇ ਆ ਬੱਚੇ ਮੈਂ ਨਾ ਬਹੁਤ ਪਿਆਰ ਕਰਦੇ ਆ ਪਰ ਮੈਂ ਅੰਬਾਇ ਕਰਦਾ ਆ ਬੱਚੇ ਕਹਿ ਦਿੰਦੇ ਆ ਪਾਪਾ ਕਿਦਨ ਕਹੋ ਕਿਦਨ ਕਹੋ ਆ ਗਿਆ ਬਾਗੂ ਆ ਗਿਆ ਬਾਗੂ ਸੰਗਾ ਆ ਗਿਆ ਬਾਗੂ ਸੰਗਾ ਬੜੇ ਪਿਆਰ ਕਰਦੇ ਬੜੇ ਬੱਚੇ ਹੱਸਦੇ ਆ ਕਰੇ ਮੈਂ ਗੁਰਦੁਆਰਾ ਸਾਹਿਬ ਜਾਵਾ ਉੱਥੇ ਮੈਨੂੰ ਬੱਚੇ ਮਿਲ ਪੈਂਦੇ ਛੋਟੇ ਜੇ ਉਹ ਬੱਚੇ ਫੋਟੋ ਕਰਾਉਂਦੇ ਮੇਰੇ ਨਾਲ ਉਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ ਮਮਾ ਉਹ ਸੰਗਾ ਆ ਕਿਦਨ ਕਹੋ ਕਿਦਨ ਕੋਰਾ ਟੀਵੀ ਚੋਂਦਾ ਹੈ ਉਹੋ ਹੀ ਆ ਫੇਰ ਫੋਟੋ ਬੱਚੇ ਕਰਾਉਂਦੇ ਬੜੇ ਪਿਆਰ ਨਾਲ ਮੈਂ ਬੱਚਿਆਂ ਨੂੰ ਬਹੁਤ ਪਿਆਰ ਦਿੰਦਾ ਬਹੁਤ ਵ ਨੇ ਜਾਂਦੇ ਜਾਂਦੇ ਸੁਣਿਆ ਹੈ ਕਿ ਜਦੋਂ ਜਾਓ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਦੀ ਸੰਦੇਸ਼ਾਂ 'ਚ ਕਸ਼ਮੀਰ ਸਿੰਘ ਸੰਗਾ ਜੀ ਆਪਣੇ ਲੋਕ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਕਿਹੜੇ ਬਾਹਰ ਦੇ ਦੇਸ਼ ਵਾਚ ਤੇ ਆ ਕੋਈ ਸਾਡੇ ਪੰਜਾਬ 'ਚ ਵਸਦੇ ਆ ਇਸ ਤਰ੍ਹਾਂ ਹੀ ਉਹ ਵਸਦੇ ਰਹੇ ਹਨ ਮਹਾਰਾ ਗੁਰੂ ਸਾਹਿਬ ਮਿਹਰ ਕਰੇ ਬਾਬਾ ਬੁੱਢਾ ਸਾਹਿਬ ਦੇਖੋ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਜ਼ਰੂਰ ਸਭ ਤੋਂ ਵੱਧ ਭਾਈਚਾਰਾ ਈਰਖਾ ਨਾ ਕਰੋ ਕਰਤਨ ਨਹੀਂ ਕੋਲਣੀ ਚਾਹੀਦੀ ਸਭ ਤੋਂ ਵੱਧ ਭਾਈਚਾਰਾ ਰੱਖੋਗੇ ਇਹਦੇ ਨਾਲ ਦੀ ਰੀਸ ਨੇ ਪਤਾ ਨਹੀਂ ਜ਼ਿੰਦਗੀ ਵਿੱਚ ਵਾਰ-ਵਾਰ ਆਉਣਾ ਤੇ ਨਹੀਂ ਆਉਣਾ ਇੱਕ ਹੀ ਵਾਰੀ ਆਉਣਾ ਪਤਾ ਨਹੀਂ ਕਿਦਨ ਘੁੱਗੂ ਵੱਜ ਜਾਣਾ ਆਪਣਾ ਠੀਕ ਆ ਨ ਭਾਈ ਚਾਰਾ ਜ਼ਰੂਰੀ ਆ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉਦਨ ਹੀ ਕਹੋ ਬਿਲਕੁਲ ਜੀ ਕਸ਼ਮੀਰ ਜੀ ਜਾਂਦੇ ਜਾਂਦੇ ਜਰੂਰ ਸੰਗਾ ਜੀ ਇੱਕ ਅੱਡੀ ਡਾਇਲੌਗ ਜੂ ਬੋਲਦੇ ਹੋ ਕਿਦਨ ਕਹੋ ਕਿਦਨ ਕਹੋ ਤੇ ਬਾਹੂ ਪੈਂਟ ਨਹੀਂ ਪਾਉਣੀ ਪੈਂਟ ਨਹੀਂ ਪਾਉਣੀ ਇਹ ਜਾਨਾਂ ਜੂ ਸਾਂਝੀ ਕਰ ਠੀਕ ਹੈ ਬਾਹੂ ਪੈਂਟ ਨਹੀਂ ਪਾਉਣੇ ਪੈਂਟ ਨਹੀਂ ਪਾਉਣੇ ਪੈਂਟ ਨਹੀਂ ਪਾਉਣੇ ਪੈਂਟ ਨਹੀਂ ਪਾਉਣੇ ਬਾਹੂ ਕੱ비 ਨਹੀਂ ਕੱ비 ਨਹੀਂ ਬਾਹੂ ਕੱ비 ਨਹੀਂ ਪੈਂਟ ਦਾ ਕਾਰਨ ਪਤਾ ਕੀ ਬਾਹੂ ਪੇਂਟਰ ਨਹੀਂ ਪਾਉਣੀ ਪੇਂਟਰ ਨਹੀਂ ਪਾਉਣੀ ਪਿੰਡਰ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਬਾਹੂ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਬਾਹੂ ਕبھی ਨਹੀਂ ਕبھی ਨਹੀਂ ਬਾਹੂ ਕبھی ਨਹੀਂ ਤੇਰਾ ਉੱਡੇ ਡੋਰੀਆ ਨਹੀਂ ਮਹਿਲਾਣੇ ਕਰਦੇ ਤੇਰਾ ਉੱਡੇ ਡੋਰੀਆ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉਦਨ ਕਹੋ ਕੋ ਮਾਤਾ ਜੀ ਇਹ ਸੀ ਗੱਲਬਾਤ ਕੀਤੀ ਕਸ਼ਮੀਰ ਸੀ ਸੰਗਾ ਜੀ ਜਿਹੜੇ ਕਿ ਕਿਸੇ ਮਹਤਾਜ ਨਹੀਂ ਹੈ ਕਿਸੇ ਆਡੀਓ ਦੇ ਕਿਉਂ ਲੋਕ ਬਹੁਤ ਪਿਆਰ ਦਿੰਦੇ ਨੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਚਿਹਰਾ ਵਾ ਜਿੱਥੇ ਜਾਂਦੇ ਨੇ ਕਸ਼ਮੀਰ ਸਿੰਘ ਜੀ ਦਾ ਬੜੇ ਪੱਗ ਕਰਕੇ ਬਹੁਤ ਮਸ਼ਹੂਰ ਨੇ ਤੁਸੀਂ ਦੇਖਿਆ ਅਤੇ ਕਸ਼ਮੀਰ ਸਿੰਘ ਜੀ ਨੇ ਕਿਹਾ ਵੀ ਪੱਗ ਜਿਹੜੀ ਸਾਰਿਆਂ ਨੌਜਵਾਨ ਨੂੰ ਬੰਨੀ ਚਾਹੀਦੀ ਆ ਸਾਡੀ ਜਿਹੜੀ ਪੱਗ ਆ ਇਹ ਬੜੀ ਮੁਸ਼ਕਲ ਮਿਲਦੀ ਸਾਨੂੰ ਬੜੇ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਜਿਹੜੇ ਪਰਿਵਾਰ ਵਾਰ ਕੇ ਸ਼ਹੀਦੀਆਂ ਦਿੱਤੀਆਂ ਫਿਰ ਜਾ ਕੇ ਸਾਨੂੰ ਜਿਹੜਾ ਪੱਗ ਮਿਲੀ ਆ ਐਸ ਕਰਕੇ ਤੇ ਨਾਲ ਕਸ਼ਮੀਰ ਸਿੰਘ ਜੰਗਾ ਨੇ ਇੱਕ ਸਨੇਹਾ ਦਿੱਤਾ ਵੀ ਸਾਰਿਆਂ ਨੂੰ ਪਿਆਰ ਮੁਹੱਬਤ ਬਣਾ ਕੇ ਰੱਖ ਚਾਹੀਦੀ ਆ ਕਦੇ ਵੀ ਈਖਾ ਬਾਜੀ ਨਹੀਂ ਕਰਨੀ ਚਾਹੀਦੀ ਉਹ ਮੈਨੂੰ ਅਸਾਂnga ਪਿੰਡ ਪਹੁੰਚੇ ਆ ਤਨਤਾਂ ਦੇ ਤੇ ਸੰਕਸ਼ਮੀਰ ਸੰਗਤ ਸਾਡੇ ਨਾਲ ਨੇ ਮੈਨੂੰ ਦਿਓ ਜਾਤ ਅਮਰਸਾਦ